ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ EDTT 2364 ਜਿਹੜੀਆਂ ਪੋਸਟਾਂ ਸੀ ਉਹਦੇ ਰਿਗਾਰਡਿੰਗ ਤੁਹਾਨੂੰ ਪਤਾ ਹੈ ਕਾਫੀ ਟਾਈਮ ਤੋਂ ਜਿਹੜਾ ਪ੍ਰੋਸੈਸ ਚੱਲਿਆ ਹੋਇਆ ਸੀ ਕੇਸ ਲੱਗੇ ਹੋਏ ਸੀ ਸਵਾਜਿਕ ਲੇਟਸ ਅਪਡੇਟ ਆਈ ਹੈ ਉਹ ਅਪਡੇਟ ਦੇ ਵਿੱਚ ਜਿਹੜੇ BID ਵਾਲੇ ਨੇ ਅਤੇ ਨਹੀਂ ਉਸ ਵਾਲੇ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੋਇਆ ਹੈ ਆਹ ਹੈ ਜੀ ਪੂਰਾ ਜਿਹੜਾ ਇਹਨਾਂ ਦਾ ਆਫੀਸ਼ੀਅਲ ਹੈ ਇਹ ਤੁਸੀਂ ਸਾਡੇ WhatsApp ਗਰੁੱਪ ਤੋਂ ਲੈ ਸਕਦੇ ਹੋ ਅਤੇ ਹੋਰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ ਲਈ ਤੁਸੀਂ ਸਾਡਾ ਜੋ WhatsApp ਗਰੁੱਪ ਹੈ ਉਹ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਜਿਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਅਪਡੇਟਸ ਮਿਲਦੀਆਂ ਹਨ ਉਹ ਤੁਹਾਨੂੰ ਇਹਦੇ ਵਿੱਚ ਮਿਲ ਜਾਊਗੀਆਂ ਠੀਕ ਹੈ ਜੀ ਇਹ ਪੂਰਾ ਲੈਟਰ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਇਨਾ ਨੇ ਦੱਸਿਆ ਹੋਇਆ ਮੈਂ ਤੁਹਾਨੂੰ ਐਕਸਪਲੇਨ ਵੀ ਕਰ ਦੇਣਾ ਆ ਦੇਖੋ ਜੀ ਪਹਿਲਾ ਹੈਗਾ that the candidates having been a qualification instead of two year ETT diploma course will pass will not be considered for the post of ETT ਠੀਕ ਹੈ ਜੀ ਇਹ ਹੈ ਪਹਿਲਾ ਅਤੇ ਦੂਸਰਾ ਵੀ ਮੈਂ ਤੁਹਾਨੂੰ ਸ਼ੋ ਕਰ ਦਿੰਦਾ ਆ ਦੇਖ ਸਕਦੇ ਹੋ ਜੀ ਤੁਸੀਂ ਲਿਖਿਆ ਹੋਇਆ ਹੈ ਓਪਨ ਐਂਡ ਡਿਸਟੈਂਸ ਲਰਨਿੰਗ ਮੋਡ ਇਨ ਐਲੀਮੈਂਟਰੀ ਐਜੂਕੇਸ਼ਨ ਬਾਈ ਨੈਸ਼ਨਲ ਇੰਸਟੀਚਿਊਟ ਆਫ ਸਕੂਲ ਲਰਨਿੰਗ ਵਿਲ ਨਾਟ ਬੀ ਕਨਸੀਡਰਡ ਇਨ ਵਿਊ ਆਫ ਜਜਮੈਂਟ ਸੋ ਸੋਨ ਸੋ ਇਹ ਤਾਂ ਸੀ ਜਿਹੜੇ ਬੱਚੇ ਕੈਂਡੀਡੇਟ ਜਿਹੜੇ ਬਾਹਰ ਕੱਢਦੇ ਹੋਏ ਹੈ ਹੁਣ ਆਪਾਂ ਡਿਸਕਸ ਕਰਦੇ ਹਾਂ ਟੈਡੀ ਸਕਰੂਟੀਨੀ ਦੀ ਪ੍ਰੋਸੈਸ ਉਹਦੇ ਵਿੱਚ ਤੁਸੀਂ ਕੀ ਕੀ ਲੈ ਕੇ ਜਾਣਾ ਹੈ ਕੀ ਪ੍ਰੋਸੈਸ ਹੈ ਫਾਈਲ ਕਿਵੇਂ ਰੈਡੀ ਕਰਨੀ ਹੈ ਉਹ ਸਾਰਾ ਦੱਸ ਦਿਆਂ ਤੁਹਾਨੂੰ ਇਹ ਜਿਹੜੀ ਦੂਸਰੀ ਫਾਈਲ ਹੈ ਇਹ ਤੁਸੀਂ ਆਫੀਸ਼ੀਅਲ ਐਜੂਕੇਸ਼ਨ ਰਿਕਰਟਮੈਂਟ ਦੀ ਜਿਹੜੀ ਵੈਬਸਾਈਟ ਹੈ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਦੇ ਵਿੱਚ ਦੱਸਿਆ ਸਿੱਖਿਆ ਵਿਭਾਗ ਅਦਿਨ 2324 TTT ਅਸਾਮੀਆਂ ਦੀ ਭਰਤੀ 6/3/2020 ਨੂੰ ਲਈ ਸੀ ਜੋ ਕਿ ਬਹੁਤ ਲੰਬੀ ਚੱਲ ਰਹੀ ਹੈ ਵਿਗਿਆਪਨ ਦਿੱਤਾ ਗਿਆ ਸੀ ਵਿਗਿਆਪਨ ਦਰਜ ਵਿਗਿਆਨ ਵਿਗਿਆਪਨ ਵੀ ਦਰਜ ਸ਼ਰਤਾਂ ਅਨੁਸਾਰ ਇਹਨਾਂ ਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ 17 ਨਵੰਬਰ 2020 ਸੀ ਸਾਰੀ ਡਿਟੇਲ ਦੱਸੀ ਹੋਈ ਹੈ ਅੱਗੇ ਚਲਦੇ ਹਾਂ ਇੱਕ ਕੇਸ ਕੋਡਸ ਦੀ ਡਿਟੇਲ ਦੱਸੀ ਹੈ ਉਸ ਤੋਂ ਬਾਅਦ 2324 ETT ਸੰਬੰਧੀ ਜਿਹੜੀ ਪ੍ਰਕਿਰਤੀ ਹੈ ਸਕਰੂਟੀ ਪ੍ਰੀਖਿਆ ਆਰੰਭ ਕੀਤੀ ਜਾ ਰਹੀ ਹੈ ਅਕੋਰਡਿੰਗ ਟੂ ਜਿਹੜਾ ਕੋਰਟ ਨੇ ਆਰਡਰ ਦਿੱਤਾ ਹੈ ਆਈ ਥਿੰਕ ਇਹ 10 ਜੁਲਾਈ ਤੱਕ ਕੰਪਲੀਟ ਕਰਨਾ ਇਹਨਾਂ ਨੇ ਦੇ ਸਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਅ ਬਿਲਕੁਲ ਦੱਸਿਆ ਜੀ ਇਹਦੇ ਵਿੱਚ 16 12 2020 ਤੋਂ 24 12 2020 ਤੱਕ ਕਾਉਂਸਲਿੰਗ ਕੀਤੀ ਗਈ ਸੀ ਸੋ ਪੁਰਾਣਾ ਸ਼ਡਿਊਲ ਦੱਸਿਆ ਹੈ ਹੁਣ ਨਿਊ ਸ਼ਡਿਊਲ ਦੇ ਅਕੋਰਡਿੰਗ ਅ ਦੱਸਿਆ ਜੀ ਉਪਰੋਕਤ ਦੇ ਸੰਬੰਧ ਵਿੱਚ ਸਕਰੂਟੀ ਵਾਲੇ ਦਿਨ ਉਮੀਦਵਾਰ ਨੂੰ ਆਪਣੇ ਅਸਤ ਅਸਲ ਦਸਤਾਵੇਜ਼ ਦੀ ਸਕਰੂਟੀ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਪ੍ਰਤੀ ਜਿੱਥੇ ਤੁਹਾਡੀ ਆਲਓਵਰ ਪਹਿਲੀ ਵੀ ਕਾਉਂਸਲਿੰਗ ਹੋਈਆਂ ਸੀ ਉਹ ਤੁਸੀਂ ਉੱਤੇ ਹੀ ਜਾਣਾ ਹੈ ਸੋ ਡੇਟ ਦੱਸੀ ਹੈ ਜੀ 12 ਜੂਨ ਤਾਂ ਬਾਕੀ ਟਾਈਮਿੰਗ ਦੱਸੀ ਹੈ ਸਵੇਰੇ 10:00 ਤੋਂ 4:00 ਵਜੇ ਤੱਕ ਉਮੀਦਵਾਰਾਂ ਵੱਲੋਂ ਸਕਰੂਟੀ ਸਮੇਂ ਭਰਿਆ ਜਾਣ ਵਾਲਾ ਜਿਹੜਾ ਪਰਤਾਲ ਫਾਰਮ ਹੈ ਉਹ ਨਾਲ ਅਟੈਚ ਕੀਤਾ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਹੁਣ ਫਿਲਿੰਗ ਦਾ ਪ੍ਰੋਸੈਸ ਤੇ ਪਹਿਲਾਂ ਤੁਸੀਂ ਦੇਖ ਲਓ ਕਿਨੇ-ਕਿੰਨੇ ਬੱਚਿਆਂ ਨੇ ਜਾਣਾ ਹੈ 12 ਤਰੀਕ ਨੂੰ ਓਪਨ ਵਿੱਚ ਹੈ ਜੀ ਕੈਂਡੀਡੇਟਸ ਜਿਹੜੇ ਹੈਗੇ ਆ ਚੌਣ ਤੋਂ 72 ਨੰਬਰ ਵਾਲੇ 올 ਕੈਟੇਗਰੀਜ਼ ਜਿਨ੍ਹਾਂ ਨੇ ਜਾਣਾ ਹੈ 13 ਤਰੀਕ ਨੂੰ ਹੈ ਜੀ ਕੈਂਡੀਡੇਟਸ ਆਫ 올 ਕੈਟੇਗਰੀਜ਼ ਜਿਨ੍ਹਾਂ ਦਾ ਮਾਰਕਸ ਆਗੇ ਬਾਟ ਤੇ ਜਨਮ ਦਾ ਸਾਲ 1996 ਅਤੇ 1996 ਤੋਂ ਪਹਿਲਾਂ ਹੈ ਬਾਟ ਦੇ 3 ਨੰਬਰ ਵਾਲੇ ਜਾਣਗੇ 14 ਨੂੰ ਓਪਨ ਅਤੇ ਔਰਥੋ ਦੇ ਇਹ ਵੀ ਸੇਮ ਕਾਟ ਬਾਟ ਹੈ ਜਨਮ ਸਥਾਨ ਮੇ ਅਤੇ 97 ਤੋਂ ਬਾਅਦ ਦਾ ਹੈ 1997 ਬਾਕੀ ਕੈਂਡੀਡੇਟਸ 50 ਐਂਡ 56 ਔਰਥੋ ਵਾਲੇ ਹੈ 15 ਨੂੰ BC ਕੈਟਾਗਰੀ ਹੈ 57 ਤੋਂ 60 ਮਾਰਕਸ ਹੈ 18 ਨੂੰ SC ਐਂਡ BC ਹੈ 41 ਤੋਂ 52 ਨੰਬਰ 19 6 ਨੂੰ ਇੱਥੇ ਪੁਆਇੰਟ ਪਾਣਾ ਭੁੱਲ ਗਏ ਹੈ 80 R ਐਂਡ O 52 ਤੋਂ 60 SCR&O ESM ਦੀ ਹੈਗੀ ਹੈ 33 ਤੋਂ 53 SCR&O ਜਿਹੜੇ ਹੈਗੇ 26 6 ਨੂੰ 54 ਤੋਂ 55 ਹੈ BCSM 37 ਤੋਂ 48 ਨੰਬਰ ਹੈ ਜਨਰਲ ESM 36 ਤੋਂ 50 ਹੈ ਅਤੇ ਇਕਨੋਮਿਕਲ ਵੀਕਰ ਸੈਕਸ਼ਨ ਫॉर ਜਨਰਲ ਇਹ ਦੀ ਹੈ 50 ਤੋਂ 60 ਹੁਣ ਪਰਫਾਰਮਿੰਗ ਦੀ ਗੱਲ ਕਰਦੇ ਆ ਇਹ ਜੀ ਪਰਫਾਰਮੈਂਸ ਤੇ ਤੁਸੀਂ ਆਪਣੀ ਫੋਟੋ ਲਾਣੀ ਹੈ ਤੁਹਾਡਾ ਸਾਮੀ ਦਾ ਨਾਮ ਮਤਲਬ ਕੈਂਡੀਡੇਟ ਦਾ ਨਾਮ ਅਪਲਾਈ ਕਰਨ ਦਾ ਸਾਲ ਉਹੀ ਤੁਹਾਨੂੰ ਪਤਾ 2020 ਚ ਹੋਇਆ ਸੀ ਤੁਹਾਡਾ ਰੈਸਟ ਨੰਬਰ ਰੋਲ ਨੰਬਰ 8 ਹੈ ਜਿਹੜਾ ਉਸੀ ਅਪਲੀਕੇਸ਼ਨ ਫਾਰਮ ਦਾ ਪ੍ਰਿੰਟ ਲਾਇਆ ਸਾਰਾ ਕੁਝ ਉਹਦੇ ਵਿੱਚ ਦਿੱਤਾ ਹੋਇਆ ਹੈ ਕਿ ਤੁਸੀਂ ਸਿੱਖਿਆ ਪ੍ਰੋਵਾਈਡਰ ਹੋ ਐਜੂਕੇਸ਼ਨਲ ਵਲੰਟੀਅਰ ਹੋ ਉਹਦੇ ਅਕੋਰਡਿੰਗ ਤੁਸੀਂ ਇਹ ਡੀਟੇਲ ਭਰਨੀ ਹੈ ਪ੍ਰਾਪਤ ਅੰਕਾਂ ਦਾ ਵੇਰਵਾ ਠੀਕ ਹੈ ਜੀ ਤੁਸੀਂ ਆ ਜਿਹੜਾ ਹੈਗਾ ਜੀ ਵਿਭਾਗੀ ਲਿਖਤੀ ਟੈਸਟ ਵਿੱਚ ਕਿੰਨੇ ਕੁੱਲਕ ਅੰਕ ਪ੍ਰਾਪਤ ਕੀਤੇ ਤੁਸੀਂ ਤਜਰਬੇ ਦੇ ਅੰਕ ਜੋ ਵੀ ਤੁਹਾਡੀ ਹੈਗੀ ਹੈ ਕੁਆਲਿਫਿਕੇਸ਼ਨ ਅ ਅਗਰ ਅਕੋਰਡਿੰਗ ਕੋ ਤੁਸੀਂ ਜੌਬ ਕਰਦੇ ਹੋ ਜਿਹੜੀ ਚੀਜ਼ ਨਹੀਂ ਪਤਾ ਲੱਗਦੀ ਤੁਸੀਂ ਉਹਨੂੰ ਗਲਤ ਫਿਲ ਨਹੀਂ ਕਰਨਾ ਬਲੈਂਕ ਛੱਡ ਦੇਣਾ ਹੈ ਜਦੋਂ ਤੁਸੀਂ ਫਾਰਮ ਉੱਥੇ জমা ਕਰਾਣੇ ਆ ਉੱਥੇ ਇੱਕ ਟੀਮ ਹੁੰਦੀ ਹੈ ਤੁਸੀਂ ਉਹਨਾਂ ਕੋਲ ਵੀ ਇਹ ਸਾਰਾ ਡਾਟਾ ਪੁੱਛ ਸਕਦੇ ਹੋ ਸੋ ਫਾਰਮ ਨੂੰ ਗਲਤ ਨਾ ਕਰਿਓ ਅਤੇ ਇਹਦੇ ਇੱਕ ਬਲੈਂਕ ਕਾਪੀ ਲੈ ਜਿਓ ਫੀਸ ਸੰਬੰਧੀ ਜਿਹੜੇ ਅਕਾਊਂਟ ਤੋਂ ਤੁਸੀਂ ਫੀਸ ਪੇ ਕੀਤੀ ਸੀ ਉਹਦਾ ਨਾਮ ਅਰਾਸ਼ੀ ਫੀਸ ਪਰੰਦੀ ਮਿਤੀ ਚਲਾਨ ਨੰਬਰ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਡਾਊਨ ਵਿੱਚ ਹੋਊਗਾ ਕੋਈ ਕੈਟਾਗਰੀ ਜਿਹੜੀ ਵੀ ਹੈ ਤੁਸੀਂ ਚੂਜ਼ ਕਰਨੀ ਹੈ ਉਮੀਦਵਾਰ ਬਾਰੇ ਇਹ ਤੁਹਾ ਡਿਟੇਲ ਆ ਵੀ ਤੁਹਾਡਾ ਨਾਮ ਤੁਹਾਡੇ ਮਾਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਤੁਹਾਡੀ ਡੇਟ ਆਫ ਬਰਥ ਤੁਹਾਡੀ ਉਮਰ ਕਿੰਨੀ ਬਣਦੀ ਹੈ 1 1 2020 ਤੱਕ ਕਿੰਨੇ ਮਹੀਨੇ ਕਿੰਨੇ ਦਿਨ ਇਹਦੇ ਲਈ ਤੁਸੀਂ ਕੈਲਕੂਲੇਟਰ ਵੀ ਯੂਜ਼ ਕਰ ਸਕਦੇ ਹੋ ਕੰਪਿਊਟਰ ਵੀ ਜਾ ਕੇ ਕੈਲਕੂਲੇਟਰ ਵੀ ਜਾ ਕੇ ਤੁਸੀਂ ਇੱਥੇ ਚੂਜ਼ ਕਰਨਾ ਹੈ ਆਪਣਾ ਏਜ ਕੈਲਕੂਲੇਟਰ ਨੀਚੇ ਜਾਓਗੇ ਇੱਥੇ ਤੁਹਾਨੂੰ ਮਿਲੇਗਾ ਜੀ ਏਜ ਕੈਲਕੂਲੇਟਰ ਇਥੇ ਆਪਾਂ ਦੇਖ ਲੈਣ ਆਂ ਆਹ ਦਿਸ ਵਨ ਏਜ ਕੈਲਕੂਲੇਸ਼ਨ ਇਥੋਂ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਤੁਸੀਂ ਲਾਸਟ ਡੇਟ ਇੱਥੇ ਰੱਖ ਦੇਣੀ ਹੈ 1-1-2020 ਤਾਂ ਇੱਥੇ ਤੁਸੀਂ ਆਪਣੀ ਡੇਟ ਪੜ ਦੇਣੀ ਹੈ ਉਸ ਅਕੋਰਡਿੰਗ ਤੁਹਾਡਾ ਜੋ ਵੀ ਕਰੰਟ ਡੇਟਾ ਹੈ ਸਾਲ ਮਹੀਨਾ ਸਾਰਾ ਕਿਉਂ ਇੱਥੇ ਸ਼ੋਅ ਕਰ ਦਊਗਾ ਸਿੱਖਿਆ ਪ੍ਰੋਵਾਈਡਰ ਲਈ ਇਹ ਹੈ ਜੀ ਜੈਂਡਰ ਆਊਗਾ ਤੁਹਾਡਾ ਪ੍ਰੋਪਰ ਐਡਰੈਸ ਆਊਗਾ ਈਮੇਲ ਐਡਰੈਸ ਤੁਹਾਡੀ ਡਿਸਟ੍ਰਿਕਟ ਤੁਹਾਡਾ ਮੋਬਾਈਲ ਨੰਬਰ ਬਾਕੀ ਇੱਥੇ ਤੁਹਾਡੇ ਉਮੀਦਵਾਰ ਦਾ ਅੰਗੂਠਾ ਆਊਗਾ ਉਹਦੇ ਹਸਤਾਖਸ਼ਰ ਆਊਗੇ ਸਕਰੂਟੀ ਅਧਿਕਾਰੀ ਇਹ ਲਾਸਟ ਵਿੱਚ ਕਰੂਗਾ ਜਿਹੜਾ ਵੀ ਸਕਰੂਟੀ ਇਹ ਦੋ ਚੀਜ਼ਾਂ ਤੁਸੀਂ ਫਿਲ ਕਰਨੀਆਂ ਇਹ ਜਿਹੜੇ ਉੱਥੇ ਅ ਅਫੀਸਰ ਬੈਠਾ ਹੋਣਾ ਜਾਂ ਜਿਹੜਾ ਵੀ ਪਰਸਨ ਬੈਠਾ ਹੋਣਾ ਜਿੰਨਾਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਕਰਨੀ ਆ ਉਹਨੇ ਇਹ ਸਾਰਾ ਕੁਝ ਹੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਈਟੀਟੀ ਵਾਲਿਆਂ ਵਾਸਤੇ ਪੀਐਟਡ 1 ਹੁੰਦਾ ਹੈ ਬੀਐਡ ਵਾਲੇ ਬਾਹਰ ਆ ਤਾਂ ਉਹਦੇ ਅਕੋਰਡਿੰਗ ਤੁਸੀਂ ਕਿੰਨੇ ਅੰਕ ਲਏ ਸੀ ਕੁੱਲੰਕ ਕਿੰਨੇ ਸੀ 150 ਕਿੰਨੇ ਅੰਕ ਤੁਹਾਡੇ ਆਏ ਆ ਤੇ ਪਾਸ ਕਰਨ ਦਾ ਸਾਲ ਉਹ ਤੁਸੀਂ ਪੜ੍ਹਨਾ ਇੱਥੇ ਐਜੂਕੇਸ਼ਨ ਕੁਆਲੀਫਿਕੇਸ਼ਨ ਭਰਨੀ ਤੁਸੀਂ ਕਿਹੜੀ 10th ਹੈ 12th ਹੈ ਫਿਰ ETT ਗ੍ਰੈਜੂਏਸ਼ਨ ਹੈ ETT ਹੈ ਉਹਦੇ ਵਿੱਚ ਤੁਸੀਂ ਕਿਹੜੀ ਯੂਨੀਵਰਸਿਟੀ ਹੈ ਕਿਹੜੇ ਸੈਸ਼ਨਸ ਪਾਸ ਕੀਤੀ ਠੀਕ ਹੈ ਪੋਸਟ ਨਾਲ ਸੰਬੰਧਿਤ ਵਿਸ਼ੇ ਉਹਦੇ ਵਿੱਚ ਕਿਹੜੇ-ਕਿਹੜੇ ਵਿਸ਼ੇ ਪਰ ਡਿਸਟੈਂਸ ਕੀਤੀ ਰੈਗੂਲਰ ਕੀਤੀ ਹੈ ਆ ਪਾਸ ਕਰਨ ਦੀ ਮਿਤੀ ਤੁਹਾਡੇ ਡੀਐਮਸੀ ਤੇ ਹੁੰਦੀ ਹੈ ਕਿੰਨੇ ਅੰਕ ਤੁਹਾਡੇ ਆਏ ਕਿੰਨੀਆਂ ਵਿੱਚੋਂ ਆਏ ਕਿੰਨੀ ਪਰਸੈਂਟੇਜ ਆਈ ਅਤੇ ਕੋਈ ਵਿਸ਼ੇਸ਼ ਕਥਨ ਮਤਲਬ ਫਸਟ ਪੋਜੀਸ਼ਨ ਸੈਕਿੰਡ ਪੋਜੀਸ਼ਨ ਉਹ ਤੁਹਾਡੀ ਅਗਰ ਡੀਐਮਸੀ ਦਿੱਤੀ ਹੋਈ ਹੈ ਤੁਸੀਂ ਪੜ੍ਹ ਸਕਦੇ ਅਗਰ ਨਹੀਂ ਹੈ ਯੂ ਕੈਨ ਆਲਸੋ ਮੇਕ ਇਟ ਬਲੈਂਕ ਪੰਜਾਬੀ ਪਾਸ ਵਿਸ਼ੇ ਸੰਬੰਧੀ ਇਫਲਾਲ ਅਗਰ ਤੁਸੀਂ ਐਡੀਸ਼ਨਲ ਪੇਪਰ ਪਾਸ ਕੀਤਾ ਉਹਦੇ ਅਕੋਰਡਿੰਗ ਭਰ ਦੇਣਾ ਹੈ ਅਗਰ 10th ਵਿੱਚ ਹੈ ਉਹਦੇ ਅਕੋਰਡਿੰਗ ਤੁਸੀਂ ਡਿਟੇਲ ਭਰ ਦੇਣੀ ਹੈ ਜਿੱਦਾਂ ਆਪਣਾ ਲਾ ਲਓ 10th ਵਿੱਚ ਹੁੰਦਾ ਹੈ ਪੰਜਾਬ ਦਾ ਪਾਸ ਕਰਨ ਦੀ ਮਿਤੀ ਕਿਹੜੇ ਸਾਲ 'ਚ ਪਾਸ ਕੀਤੀ ਹੈ ਜਾਂਦੇ ਰਿਜ਼ਲਟ ਦੇ ਅਕੋਰਡਿੰਗ ਤੁਹਾਡਾ ਉੱਥੇ ਆਊਗਾ ਅਤੇ ਕਿਸ ਸੰਸਥਾ ਜਿੱਦਾਂ ਪੰਜਾਬ ਬੋਰਡ ਹੈ ਸੀਬੀਐਸਸੀ ਬੋਰਡ ਹੈ ਸੌਨ ਪੰਜਾਬ ਵਸਨੀਕ ਦਾ ਸਰਟੀਫਿਕੇਟ ਪੰਜਾਬ ਡੋਮਿਸਾਈਲ ਇਹਦੀ ਤੁਸੀਂ ਡਿਟੇਲ ਫਿਲ ਕਰਨੀ ਹੈ ਉਸ ਤੋਂ ਬਾਅਦ ਅਗਰ ਅਦਰ ਸਟੇਟ ਦੇ ਹੋ ਤਾਂ ਤੁਸੀਂ ਇਹਨੂੰ ਬਲੈਂਕ ਛੱਡ ਦੇਣਾ ਹੈ ਕੈਟਾਗਰੀ ਐਸਈ ਦੀ ਡਿਟੇਲ ਤੁਸੀਂ ਫਿਲ ਕਰਨੀ ਹੈ ਕਿਹੜੀ ਹੈ ਠੀਕ ਹੈ ਜੀ ਜਾਤੀ ਹੈ ਸਰਟੀਫਿਕੇਟ ਦੀ ਮਿਤੀ ਹੋਰ ਤੁਹਾਡੇ ਸਾਰੇ ਸਰਟੀਫਿਕੇਟ ਤੇ ਹੋਊਗਾ ਇੱਥੇ ਵੀ ਤੁਸੀਂ ਇਹ ਦੋ ਚੀਜ਼ਾਂ ਫਿਲ ਕਰਨੀਆਂ ਹੈ ਇਹ ਤੁਹਾਡਾ ਉੱਥੇ ਸਕਰੂਟੀਨੀ ਆਫੀਸਰ ਉਹ ਫਿਲ ਕਰੂਗਾ ਇਹ ਬੀਸੀ ਕੈਟਾਗਰੀ ਵਾਸਤੇ ਹੈ ਇਹ ਹੈ ਜੀ ਆ ਸਤੰਤਰਤਾ ਸਨਾਨੀ ਐਕਸ ਸਰਵਿਸਮੈਨ ਇਹ ਸਪੋਰਟਸ ਕੋਟਾ ਵਾਲਿਆਂ ਵਾਸਤੇ ਹੈ ਇੱਕ ਸਰਵਿਸਮੈਨ ਵਾਸਤੇ ਵਾਸਤੇ ਹੈ ਇਹ ਹੈਂਡੀਕੈਪ ਵਾਸਤੇ ਮਤਲਬ ਜਿਹੜੀ ਵੀ ਤੁਹਾਡੀ ਕੈਟਾਗਰੀ ਹੈ ਉਸ ਦੇ ਅਕੋਰਡਿੰਗ ਤੁਸੀਂ ਫਿਲ ਕਰਨਾ ਹੈ ਅਤੇ ਇਹ ਜਿਹੜੇ ਜਿਹੜੇ ਡਾਕੂਮੈਂਟ ਤੁਸੀਂ ਲਗਾਏ ਹੈ ਨਾਲ ਆਪਣੇ ਆ ਵਾਲੇ ਪਰਫਾਰਮੇ ਦੇ ਉਹ ਹੈ ਜੀ ਅਪਲਾਈ ਕੀਤੀ ਅਸਾਮੀ ਦਾ ਰਜਿਸਟ੍ਰੇਸ਼ਨ ਫਾਰਮ ਮਤਲਬ ਐਪਲੀਕੇਸ਼ਨ ਫਾਰਮ ਫੀਸ ਜਮਾ ਕਰਨੀ ਸਬੂਤ ਇਹ ਦੋਨਾਂ ਨੂੰ ਤੁਸੀਂ ਸੇਮ ਵੀ ਲਗਾ ਸਕਦੇ ਹੋ ਬਿਕੋਜ਼ ਇ ਫੀਸ ਦੀ ਰਸੀਪਟ ਨਹੀਂ ਹੁੰਦੀ ਇਹਦੇ ਵਿੱਚ ਹੀ ਤੁਹਾਡੀ ਫੀਸ ਡੀਟੇਲ ਹੁੰਦੀ ਹੈ ਬੇਸ਼ੱਕ ਤੁਸੀਂ ਚੈੱਕ ਵੀ ਕਰ ਸਕਦੇ ਹੋ ਕੋਈ ਡਾਕੂਮੈਂਟਸ ਪ੍ਰੋਬਲਮ ਆਉਂਦੀ ਹੈ WhatsApp ਤੇ ਸੜਨਾ ਗੱਲਬਾਤ ਕਰ ਸਕਦੇ ਹੋ ਪੂਰੀ ਡੀਟੇਲ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗੀ 10 ਦਾ ਸਰਟੀਫਿਕੇਟ 12 ਦਾ ਸਰਟੀਫਿਕੇਟ ETT ਦਾ ਪੂਰੇ ਤੁਹਾਡੇ ਹੈਗੇ ਆ DARD ਦੇ DMC ਇਨਕਲੂਡਿੰਗ ਡਿਗਰੀ ਗ੍ਰੈਜੂਏਸ਼ਨ ਦੀ ਡਿਗਰੀਜ਼ ਇਨਕਲੂਡਿੰਗ ਡੀਐਮਸੀ ਪੰਜਾਬੀ ਪਾਸ ਇਥੇ ਤੁਹਾਡਾ 10 ਦਾ ਸਰਟੀਫਿਕੇਟ ਲੱਗ ਜੂਗਾ ਅਗਰ ਐਡੀਸ਼ਨਲ ਪਾਸ ਕੀਤਾ ਉਹਦੇ ਅਕੋਰਡਿੰਗ ਪੰਜਾਬ ਡੋਮਿਸਾਈਲ ਅਗਰ ਇਕਨੋਮਿਕਲ ਵੀਕਰ ਸੈਕਸ਼ਨ ਜਿਹੜੀ ਵੀ ਤੁਹਾਡੀ ਕੈਟਾਗਰੀ ਹੈ ਉਹਦੇ ਅਕੋਰਡਿੰਗ ਤੁਸੀਂ ਇਹ ਚੀਜ਼ਾਂ ਲਾਣੀਆਂ ਠੀਕ ਹੈ ਜੀ ਉਸ ਤੋਂ ਬਾਅਦ ਹੈਂਡੀਕੈਪ ਹੈ ਸੋਨ ਹੈ ਉਸ ਤੋਂ ਬਾਅਦ ਅਗਰ ਤੁਸੀਂ ਸਿੱਖਿਆ ਪ੍ਰੋਵਾਈਡਰ ਹੋ ਇਹਦੇ ਅਕੋਰਡਿੰਗ ਯੈਸ ਕਰਨਾ ਹੈ ਮਤਲਬ ਤੁਸੀਂ 8 ਤੋਂ ਲੈ ਕੇ 17 ਤੱਕ ਜਿਹੜੀ ਵੀ ਤੁਹਾਡੀ ਇਹਦੇ ਵਿੱਚ ਕੈਟਾਗਰੀ ਹੈ ਉਹਦੇ ਅਕੋਰਡਿੰਗ ਤੁਸੀਂ ਯੈਸ ਨੋ ਅਗਰ ਯੈਸ ਹੈ ਤਾਂ ਟਿੱਕਰ ਦੇਣਾ ਅਗਰ ਨਹੀਂ ਹੈ ਤਾਂ ਤੁਸੀਂ ਉਹਨੂੰ ਬਲੈਂਕ ਛੱਡ ਦੇਣਾ ਜਾਂ ਹਾਈਫਨ ਪਾ ਦੇਣਾ ਹੈ ਮਾਈਨਸ ਦਾ ਸਾਈਨ ਇਥੇ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਵੀ ਟਿਕ ਕੀਤੇ ਆ ਉਹਦੇ ਅਕੋਰਡਿੰਗ ਤੁਸੀਂ ਆਪਣਾ ਇੱਥੇ ਅੰਗੂਠਾ ਲਗਾਣਾ ਹੈ ਤੰਬੇ ਪ੍ਰੈਸ਼ਨ ਅਤੇ ਹਸਤਾਖਸ਼ਰ ਕਰਨੇ ਆ ਸਾਈਨ ਕਰਨੇ ਆ ਉਸ ਤੋਂ ਸਭ ਤੋਂ ਲਾਸਟ ਵਿੱਚ ਤੁਹਾਡਾ ਇੱਥੇ ਉਮੀਦਵਾਰ ਦਾ ਨਾਮ ਆਊਗਾ ਪਿਤਾ ਜੀ ਦਾ ਨਾਮ ਆਊਗਾ ਈਟੀਟੀ ਦਾ ਜਦੋਂ ਤੁਸੀਂ ਫਾਰਮ ਫਿਲ ਕੀਤਾ ਸੀ ਰਾਈਸ਼ਨ ਨੰਬਰ ਇਨਕਲੂਡਿੰਗ ਰੋਲ ਨੰਬਰ ਅਤੇ ਅਸਾਮੀ ਦਾ ਨਾਮ ਠੀਕ ਹੈ ਜੀ ਅਸਾਮੀ ਈਟੀਟੀ ਦੀ ਪੋਸਟ ਆਉਂਦੀ ਰਿਗਾਰਡਿੰਗ ਹੈ ਜੀ ਉਹ ਤੁਸੀਂ ਪੜਨਾ ਕੇਵਲ ਦਫਤਰੀ ਵਰਤੋਂ ਲਈ ਇਹ ਸਿਰਫ ਅਤੇ ਸਿਰਫ ਜਿਹੜੀ ਉਥੇ ਸਕਰੂਟੀ ਟੀਮ ਹੈ ਉਹਨਾਂ ਵੱਲੋਂ ਜਿਹੜਾ ਵੀ ਪਰਸਨ ਤੁਹਾਡੀ ਸਕਰੂਟੀ ਲੈਂਦਾ ਪਏ ਇਹ ਉਹਨੇ ਫਿਲ ਕਰਨਾ ਇਹਦੇ ਵਿੱਚ ਤੁਹਾਡਾ ਕੋਈ ਵੀ ਫੀਲਿੰਗ ਤੁਸੀਂ ਨਹੀਂ ਕਰਨਾ ਬਾਕੀ ਉੱਪਰ ਵਾਲੇ ਜਿਹੜੀ ਡੀਟੇਲ ਤੁਹਾਨੂੰ ਦੱਸੀ ਹੈ ਉਹ ਤੁਸੀਂ ਫਿਲ ਕਰਨੀ ਹੈ ਆ ਲਾਸਟ ਵੀ ਚੈੱਕ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਐਸ ਐਸ ਸੌਨ ਪੰਜਾਬ ਨੰਬਰ ਇੱਥੇ ਤੁਸੀਂ ਇਹ ਸਾਰੀ ਡੀਟੇਲ ਫਿਲ ਕਰਕੇ ਆ ਦੇਖ ਸਕਦੇ ਹੋ ਤੁਸੀਂ ਇਸ ਸਿੱਖਿਆ ਪ੍ਰੋਵਾਈਡਰ ਵਾਸਤੇ ਐਜੂਕੇਸ਼ਨਲ ਪ੍ਰੋਵਾਈਡਰ ਵਾਸਤੇ ਜਾਂ ਤੁਹਾਡੇ ਵਾਸਤੇ ਨਹੀਂ ਹੈ ਜਿਹੜੇ ਵੀ ਹੈਗੇ ਹਨ ਉਹਨਾਂ ਨੇ ਦਫ਼ਤਰ ਵੱਲੋਂ ਇਹ ਸਾਰੀ ਚੀਜ਼ ਯੈਸ ਕਰਾਣੀ ਹੈ ਤਸਦੀਕ ਕੀਤਾ ਜਾਂਦਾ ਹੈ ਕਿ ਇਹ ਪਰਸਨ ਇਹਦਾ ਉਹਦਾ ਇਹ ਹੈ ਇਹ ਸਕੂਲ ਇਸ ਜ਼ਿਲ੍ਹਾ ਵਿੱਚ ਕੰਮ ਕਰਦਾ ਹੈ ਇਹ ਸਾਰਾ ਤੁਹਾਨੂੰ ਕਿਨ ਲਿਖ ਕੇ ਦੇਣਾ ਹੈ ਸਿੱਖਿਆ ਅਫਸਰ ਨੇ ਇਹ ਤੁਹਾਨੂੰ ਪ੍ਰੋਪਰ ਕਰਕੇ ਦੇਣਾ ਹੈ ਦਫ਼ਤਰ ਸਿੱਖਿਆ ਜ਼ਿਲ੍ਹਾ ਅਫਸਰ ਮੰਡਸਟ੍ਰਿਕ ਦਾ ਹੁੰਦਾ ਹੈ ਇਹ ਤੁਸੀਂ ਕਿਸੇ ਵੀ ਗਵਰਨਮੈਂਟ ਟੀਚਰ ਕੋਲ ਪੁੱਛ ਲਿਓ ਅਦਰਵਾਈਜ਼ ਤਾਂ ਇਹ ਸਾਰੇ ਗਵਰਨਮੈਂਟ ਟੀਚਰਸ ਹੀ ਹੈਗੇ ਹੀ ਆ ਜਾਂ ਔਨ ਐਟ ਹਾਕ ਬੇਸਿਸ ਹੈ ਜਿਨੂੰ ਤੁਸੀਂ ਪੰਜਾਬੀ ਇਸ ਕਹੋ ਕਿ ਠੇਕੇ ਤੇ ਰੱਖੇ ਹੁੰਦੇ ਆ ਉਹ ਵਾਲੇ ਟੀਚਰਸ ਹਲੇ ਤੱਕ ਪੱਕੇ ਨਹੀਂ ਹੋਏ ਤੇ ਉਹਦੇ ਰਿਗਾਰਡਿੰਗ ਤੁਸੀਂ ਇਹ ਪਤਾ ਹੁੰਦਾ ਸਾਰਿਆਂ ਨੂੰ ਇਹ ਤੁਸੀਂ ਉਹਦੇ ਅਕੋਰਡਿੰਗ ਦੱਸ ਦੇਣਾ ਹੈ ਕਿ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਤੁਸੀਂ ਇੱਥੇ ਕੰਮ ਕਰਦੇ ਪਏ ਹੋ ਕਿਹੜੇ ਸਾਲ ਤੁਸੀਂ ਜੁਆਇਨ ਕੀਤਾ ਕਿੰਨੇ ਸਾਲ ਹੋ ਗਏ ਕਿੰਨੇ ਮਹੀਨੇ ਹੋ ਗਏ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਠੀਕ ਹੈ ਜੀ ਇੱਥੇ ਬੀਪੀਓ ਜਿਹੜਾ ਵੀ ਤੁਹਾਡਾ ਹੈਗਾ 1 2 3 ਅ ਠੀਕ ਹੈ ਜੀ ਉਹਦੇ ਤੁਸੀਂ ਸਾਈਨ ਕਰਾਣੇ ਇੱਥੇ ਉਪ ਜ਼ਿਲ੍ਹਾ ਅਫਸਰ ਸਿੱਖਿਆ ਉਹਨਾਂ ਕੋ ਸਾਈਨ ਕਰਾਣੇ ਆ ਇਹ ਬੀਪੀਓ ਕੋ ਇਨਫੋਰਮੇਸ਼ਨ ਮਿਲ ਜਾਂਦੀ ਹੈ ਬਿਕੋਜ਼ ਜਿਹੜੀ ਵੀ ਉੱਥੇ ਜਿਹੜੇ ਟੀਚਰੇ ਕੰਮ ਕਰਦੇ ਆ ਗਵਰਨਮੈਂਟ ਸਕੂਲਾਂ ਵਿੱਚ ਇਹਨਾਂ ਕੋ ਬੀਪੀਓ ਦਾ ਨੰਬਰ ਹੁੰਦਾ ਹੈ ਬੀਪੀਓ ਨਾਲ ਤੁਸੀਂ ਗੱਲਬਾਤ ਕਰਕੇ ਇਹ ਜਿਹੜਾ ਪਰਫਾਰਮ ਹੈ ਇਹਦੇ ਲਈ ਜਾਣ ਸਕਦੇ ਹੋ ਫਿਰ ਵੀ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲਦੀ ਸਾਡੇ ਨਾਲ ਕੰਟੈਕਟ ਕਰਕੇ ਪੂਰੀ ਤੁਸੀਂ ਡਿਟੇਲ ਜਿਹੜੀ ਹੈਗੀ ਹੈ ਸਕਰਟਿੰਗ ਪ੍ਰੋਸੈਸ ਦੀ ਜਾਣ ਸਕਦੇ ਹੋ ਬਾਕੀ ਮੈਂ 올ਓਵਰ ਸ਼ੋ ਕਰ ਹੀ ਦਿੱਤੀ ਹੈ ਦਾ ਬਾਕੀ ਦਿਖਦੇ ਆਂ ਇਹ ਭਰਤੀ ਸੀਰੇ ਚੜਦੀ ਕਿ ਨਹੀਂ ਚੜਦੀ ਹੈ ਬਿਕੋਜ਼ ਪਹਿਲੇ ਵੀ ਕਾਫੀ ਵਾਰ ਤੁਹਾਨੂੰ ਪਤਾ ਹੈ ਨੋਟਿਸਸ ਵੈਰਾ ਆਏ ਹੈ ਕੋਰਟ ਆਰਡਰਸ ਆਏ ਹੈ ਭਰਤੀ ਦਾ ਫਿਲਹਾਲ ਤੁਹਾਨੂੰ ਪਤਾ ਕੈਂਸਲ ਹੀ ਹੋ ਗਈ ਸੀ ਬਟ ਕੇਸ ਕੋਰਟ ਕੇਸ ਹੋਏ ਸੀ ਉਸ ਤੋਂ ਬਾਅਦ ਇਹ ਭਰਤੀ ਸਟਾਰਟ ਹੋ ਗਈ ਸੀ ਫਿਰ ਉਸ ਤੋਂ ਬਾਅਦ ਕੋਈ ਕੇਸ ਹੋ ਗਿਆ ਉਸ ਤੋਂ ਬਾਅਦ ਫਿਰ ਇਹ ਫਾਈਨਲ ਹੋਇਆ ਬਾਕੀ ਵੀ ਪੋਜੀਟਿਵ ਦਿਖਦੇ ਆਂ ਇਸ ਵਾਰ ਕੀ ਹੁੰਦਾ ਹੈ ਕਿ ਇਸ ਭਰਤੀ ਦਾ ਫਾਈਨਲ ਸਿਲੈਕਸ਼ਨ ਵੈਰਾ ਹੁੰਦਾ ਬਿਕੋਜ਼ 2020 ਦੇ ਵਿੱਚ ਜਿਹੜੀਆਂ ਦੂਸਰੀਆਂ ਪੋਸਟਾਂ ਨਿਕਲੀਆਂ ਸੀਆਂ ਮਾਸਟਰ ਕੈਟਰ ਦੀਆਂ ਬੀ ਐਡ ਵਾਲਿਆਂ ਵਾਸਤੇ ਉਨਾ ਨੋਟ ਲਾ ਲਓ ਸੀ B 21 22 23 24 ਲਗਭਗ 4 ਸਾਲ ਹੋ ਗਿਆ ਜੁਆਇਨਿੰਗ ਵੀ ਹੋ ਗਈ ਹੈ ਪ੍ਰੋਪਰ ਸਾਰਾ ਕੁਝ ਹੋ ਗਿਆ ਪਿਆ ਤੇ ਬੱਟਾ ਟਾਡਾ ਜਿਹੜਾ ਪ੍ਰੋਸੈਸ ਕੈਲੋਜੀ ਬਾਈ ਬੈਂਡਲਕ ਬਹੁਤ ਲੰਬਾ ਚੱਲ ਗਿਆ ਤੇ ਬਾਕੀ B ਪੋਜ਼ੀਟਿਵ ਤੇ ਬਾਕੀ ਦੇਖਦੇ ਹਾਂ ਇਸ ਵਾਰ ਬੋਰਡ ਕੀ ਕਰਦਾ ਹੈ ਬਾਕੀ ਜਰੂਰ ਆਪਣਾ ਇਸ ਦੇ ਰਿਗਾਰਡਿੰਗ ਕਮੈਂਟ ਦਿਓ ਕਿ ਤੁਹਾਡਾ ਵਿਚਾਰ ਹੈ ਦੇ ਵਾਸਤੇ ਤੋਂ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਆਪਣਾ ਜਰੂਰ ਪੋਜ਼ੀਟਿਵ ਜਾਂ ਨੈਗੇਟਿਵ ਕਮੈਂਟ ਦਿਓ ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫॉर ਯੋਰ ਵੈਲੇਬਲ ਟਾਈਮ